ਚਾਰੋ ਪੈਸੇਂਜਰ ਬਿਲਕੁਲ ਸਹੀ ਸਲਾਮਤ ਹੈ। ਪਹੁੰਚ ਪਹੁੰਚ ਲਾਹੌਰ ਸਪੀਤੀ ਦੇ ਵਿੱਚ ਫਸੇ 5 ਨੌਜਵਾਨਾਂ ਨੂੰ ਰੈਸਕਿਊ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਘੁੰਮਣ ਦੇ ਲਈ 5 ਨੌਜਵਾਨ ਲਾਹੌਰ ਸਪੀਤੀ ਗਏ ਸੀ। ਹਾਲਾਂਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਵੀ ਸੀ, ਪਰ ਇਹ ਕਿਹਾ ਜਾ ਰਿਹਾ ਕਿ ਹੱਦ ਨਾਲੋਂ ਜ਼ਿਆਦਾ ਅੱਗੇ ਚਲੇ ਗਏ ਸੀ, ਜਿਸ ਤੋਂ ਬਾਅਦ ਇਹਨਾਂ ਦੀ ਗੱਡੀ ਕਾਜ਼ਾ ਦੇ ਵਿੱਚ ਜਾ ਕੇ ਫਸ ਗਈ ਸੀ। ਦੱਸ ਦਈਏ ਕਿ ਲਾਹੌਰ ਸਪੀਤੀ ਦੇ ਕੋਲ ਇੱਕ ਕਾਜ਼ਾ ਥਾਂ ਦਾ ਨਾਮ ਹੈ, ਜਿੱਥੇ ਕਿ ਕਾਫੀ ਜ਼ਿਆਦਾ ਬਰਫ਼ ਹੋਣ ਦੇ ਕਾਰਨ ਇਹਨਾਂ ਦੀ ਗੱਡੀ ਉੱਥੇ ਹੀ ਫਸ ਗਈ, ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ 3 ਦਿਨਾਂ ਦੀ ਕੜੀ ਮੁਸ਼ਕਤ ਤੋਂ ਬਾਅਦ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ। ਸੜਕ ਦੇ ਉੱਤੇ ਜ਼ਿਆਦਾ ਬਰਫ਼ ਜਮ੍ਹਾਂ ਹੋਣ ਦੇ ਕਾਰਨ ਇਹਨਾਂ ਦੀ ਕਾਰ ਉੱਥੇ ਹੀ ਫਸ ਗਈ ਸੀ। 3 ਦਿਨਾਂ ਤੱਕ ਕਿਹਾ ਜਾ ਰਿਹਾ ਕਿ ਕਾਰ ਰੋਡ ਦੇ ਉੱਤੇ ਫਸੀ ਰਹੀ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜੇਕਰ ਗੱਲ ਕੀਤੀ ਜਾਵੇ ਗੱਡੀ ਦੀ ਤਾਂ ਇਹਨਾਂ ਦੇ ਕੋਲ ਫੋਰਚੂਨਰ ਗੱਡੀ ਸੀ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਬਰਫ਼ ਜ਼ਿਆਦਾ ਹੋਣ ਦੇ ਕਾਰਨ ਉੱਥੇ ਗੱਡੀ ਨਹੀਂ ਚੱਲ ਪਾਈ ਅਤੇ ਇਹ ਉੱਥੇ ਹੀ ਫਸ ਗਏ। ਕੜੀ ਮੁਸ਼ਕਤ ਤੋਂ ਬਾਅਦ 3 ਦਿਨਾਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਖੜ੍ਹੀ ਜ਼ਰੂਰ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਆਲੇ ਦੁਆਲੇ ਬਰਫ਼ ਪਈ ਹੋਈ ਹੈ। ਦੱਸ ਦਈਏ ਕਿ ਬਰਫ਼ ਹੋਣ ਦੇ ਕਾਰਨ ਇਹਨਾਂ ਦੀ ਕਾਰ ਵਾਪਸ ਨਹੀਂ ਸੀ ਆ ਪਾ ਰਹੀ, ਜਿਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਦੇ ਕੋਲ ਮਦਦ ਦੀ ਗੁਹਾਰ ਲਗਾਈ ਅਤੇ 3 ਦਿਨਾਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਚਾਰੋ ਪੈਸੇਂਜਰ ਬਿਲਕੁਲ ਸਹੀ ਸਲਾਮਤ ਹੈ। ਲਾਹੌਰ ਸਪੀਤੀ ਦੇ ਵਿੱਚ ਫਸੇ 5 ਨੌਜਵਾਨਾਂ ਨੂੰ ਰੈਸਕਿਊ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਘੁੰਮਣ ਦੇ ਲਈ 5 ਨੌਜਵਾਨ ਲਾਹੌਰ ਸਪੀਤੀ ਗਏ ਸੀ। ਹਾਲਾਂਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਵੀ ਸੀ, ਪਰ ਇਹ ਕਿਹਾ ਜਾ ਰਿਹਾ ਕਿ ਹੱਦ ਨਾਲੋਂ ਜ਼ਿਆਦਾ ਅੱਗੇ ਚਲੇ ਗਏ ਸੀ, ਜਿਸ ਤੋਂ ਬਾਅਦ ਇਹਨਾਂ ਦੀ ਗੱਡੀ ਕਾਜ਼ਾ ਦੇ ਵਿੱਚ ਜਾ ਕੇ ਫਸ ਗਈ ਸੀ। ਦੱਸ ਦਈਏ ਕਿ ਲਾਹੌਰ ਸਪੀਤੀ ਦੇ ਕੋਲ ਇੱਕ ਕਾਜ਼ਾ ਥਾਂ ਦਾ ਨਾਮ ਹੈ, ਜਿੱਥੇ ਕਿ ਕਾਫੀ ਜ਼ਿਆਦਾ ਬਰਫ਼ ਹੋਣ ਦੇ ਕਾਰਨ ਇਹਨਾਂ ਦੀ ਗੱਡੀ ਉੱਥੇ ਹੀ ਫਸ ਗਈ, ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ 3 ਦਿਨਾਂ ਦੀ ਕੜੀ ਮੁਸ਼ਕਤ ਤੋਂ ਬਾਅਦ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ। ਸੜਕ ਦੇ ਉੱਤੇ ਜ਼ਿਆਦਾ ਬਰਫ਼ ਜਮ੍ਹਾਂ ਹੋਣ ਦੇ ਕਾਰਨ ਇਹਨਾਂ ਦੀ ਕਾਰ ਉੱਥੇ ਹੀ ਫਸ ਗਈ ਸੀ। 3 ਦਿਨਾਂ ਤੱਕ ਕਿਹਾ ਜਾ ਰਿਹਾ ਕਿ ਕਾਰ ਰੋਡ ਦੇ ਉੱਤੇ ਫਸੀ ਰਹੀ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜੇਕਰ ਗੱਲ ਕੀਤੀ ਜਾਵੇ ਗੱਡੀ ਦੀ ਤਾਂ ਇਹਨਾਂ ਦੇ ਕੋਲ ਫੋਰਚੂਨਰ ਗੱਡੀ ਸੀ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਬਰਫ਼ ਜ਼ਿਆਦਾ ਹੋਣ ਦੇ ਕਾਰਨ ਉੱਥੇ ਗੱਡੀ ਨਹੀਂ ਚੱਲ ਪਾਈ ਅਤੇ ਇਹ ਉੱਥੇ ਹੀ ਫਸ ਗਏ। ਕੜੀ ਮੁਸ਼ਕਤ ਤੋਂ ਬਾਅਦ 3 ਦਿਨਾਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਖੜ੍ਹੀ ਜ਼ਰੂਰ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਆਲੇ ਦੁਆਲੇ ਬਰਫ਼ ਪਈ ਹੋਈ ਹੈ। ਦੱਸ ਦਈਏ ਕਿ ਬਰਫ਼ ਹੋਣ ਦੇ ਕਾਰਨ ਇਹਨਾਂ ਦੀ ਕਾਰ ਵਾਪਸ ਨਹੀਂ ਸੀ ਆ ਪਾ ਰਹੀ, ਜਿਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਦੇ ਕੋਲ ਮਦਦ ਦੀ ਗੁਹਾਰ ਲਗਾਈ ਅਤੇ 3 ਦਿਨਾਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ।